ਅਸੀਂ ਮਾਨਸਾ ਬਾਰ ਐਸੋਸੀਏਸ਼ਨ ਵੱਲੋਂ ਇਹ ਫੈਸਲਾ ਲਿਆ ਹੈ ਕਿ ਸਿੱਧੂ ਮੂਸੇਵਾਲਾ ਜੀ ਜੋ ਮਾਨਸਾ ਦੇ ਮਾਨ ਸੀਗੇ, ਉਹਨਾਂ ਦਾ ਬੇਵਕਤੀ ਜਿਹੜਾ ਇੱਦੇ ਚਲੇ ਜਾਣਾ ਹੈ, ਤਾਂ ਮਾਨਸਾ ਬਾਰ ਐਸੋਸੀਏਸ਼ਨ ਨੇ ਪੁਰਜ਼ੋਰ ਸ਼ਬਦਾਂ ਦੇ ਨਾਲ ਬਾਰ ਐਸੋਸੀਏਸ਼ਨ 'ਚ ਇੱਕ ਮਤਾ ਪਾਇਆ ਕਿ ਜਦੋਂ ਵੀ ਮਾਨਸਾ ਜ਼ਿਲ੍ਹੇ 'ਚ ਉਸ ਸੰਬੰਧੀ ਕੋਈ ਕੇਸ ਲੜਿਆ ਜਾਵੇਗਾ ਤਾਂ ਕੋਈ ਵੀ ਵਕੀਲ ਹੈ ਜਿਹੜਾ ਦੋਸ਼ੀਆਂ ਦੀ ਪੈਰਵਾਈ ਲਈ ਨਹੀਂ ਪੇਸ਼ ਹੋਵੇਗਾ। ਤੇ ਅਸੀਂ ਇਹ ਵੀ ਮਤਾ ਪਾਇਆ ਪੂਰੀ ਪੰਜਾਬ ਐਂਡ ਹਰਿਆਣਾ ਦੇ ਜਿੰਨੇ ਵੀ ਬਾਰ ਐਸੋਸੀਏਸ਼ਨ ਨੇ ਕਿ ਉਹ ਵੀ ਸਾਡਾ ਇਸ ਗੱਲ 'ਚ ਸਹਿਯੋਗ ਦੇਣ, ਤੇ ਵਿਸ਼ੇਸ਼ ਤੌਰ ਤੇ ਜਿੱਦਾਂ ਕੱਲ ਨੂੰ ਉਹਨਾਂ ਦੀ ਅੰਤਿਮ ਅਰਦਾਸ ਦੇ ਭੋਗ ਪੈਣੇ ਹਨ, ਤਾਂ ਅਸੀਂ ਮਾਨਸਾ ਬਾਰ ਵੱਲੋਂ ਪੂਰੇ ਪੰਜਾਬ, ਹਰਿਆਣਾ, ਚੰਡੀਗੜ੍ਹ ਬਾਰ ਐਸੋਸੀਏਸ਼ਨ ਨੂੰ ਇੱਕ ਮਤਾ ਪਾ ਕੇ ਭੇਜਿਆ ਕਿ ਉਹ ਕੱਲ ਨੂੰ ਵੱਧ ਤੋਂ ਵੱਧ ਇਸ ਦੁੱਖ ਦੀ ਘੜੀ 'ਚ ਸ਼ਮੂਲੀਅਤ ਹੋਣ ਤੇ ਜਿੰਨਾ ਹੋ ਸਕੇ ਦਸਤਾਰ ਸਜਾ ਕੇ ਇਸ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨ। ਉਹਦੇ ਬਾਰੇ ਮੈਂ ਇਹ ਮਤਾ ਪਾਇਆ, ਇਹ ਮਤਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ। ਇਹ ਅਸੀਂ ਬਾਰ ਐਸੋਸੀਏਸ਼ਨ ਮਾਨਸਾ ਵੱਲੋਂ ਜੋ ਪੂਰੇ ਪੰਜਾਬ, ਹਰਿਆਣਾ ਬਾਰ ਐਸੋਸੀਏਸ਼ਨ ਨੂੰ ਮਤਾ ਲਿਖਤੀ ਤੌਰ 'ਤੇ ਭੇਜ ਰਹੇ ਹਾਂ।